550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਦੀ ਧਰਤੀ ਤੇ ਰੌਣਕਾਂ ਲੱਗੀਆਂ ਹੋਈਆਂ ਨੇ। ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਬਾਬੇ ਨਾਨਕ ਦੇ ਘਰ ਨਤਮਸਤਕ ਹੋ ਰਹੀਆਂ ਨੇ। ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ, ਕਿਤੇ ਦਾਲ ਫੁਲਕਾ, ਕਿਤੇ ਪੀਜ਼ਾ ਬਰਗਰ ਤੇ ਕਿਤੇ ਨੂਡਲਸ। ਪਰ ਇਸ ਦੇ ਨਾਲ ਹੀ ਜੰਕ ਫੂਡ ਤੋਂ ਹਟ ਕੇ ਖਾਸ ਲੰਗਰ ਲਗਾਇਆ ਗਿਆ ਹੈ, ਵੀਟ ਗ੍ਰਾਸ ਜੂਸ ਦਾ ਲੰਗਰ, ਜਿਸ ਦਾ ਸੰਗਤਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਮੁਤਾਬਕ ਔਰਗੈਨਿਕ ਕਣਕ ਦੇ ਬੀਜਾਂ ਨੂੰ ਕੁਦਰਤੀ ਢੰਗ ਨਾਲ ਉਗਾ ਕੇ ਉਸ ਦਾ ਜੂਸ ਬਣਾਇਆ ਜਾਂਦਾ ਹੈ ਤੇ ਬਾਬਾ ਨਾਨਕ ਦੇ ਮਨੁੱਖਤਾ ਦੇ ਸਿਧਾਂਤ ਤੇ ਚੱਲਦਿਆਂ ਉਹਨਾਂ ਵੱਲੋਂ ਇੱਥੇ ਲੰਗਰ ਚਲਾਇਆ ਜਾ ਰਿਹਾ ਹੈ। ਵਿਸ਼ੇਸ਼ ਤਾਂ ਇਹ ਹੈ ਕਿ ਇਹ ਜਿਹੜਾ ਹੈਗਾ ਇਹ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਠੀਕ ਕਰਦਾ ਹੈਗਾ, ਇਨਫੈਕਸ਼ਨ ਨੂੰ ਦੂਰ ਕਰਦਾ ਹੈਗਾ, ਖੂਨ ਨੂੰ ਸਾਫ਼ ਕਰਦਾ ਹੈ, ਨਵਾਂ ਖੂਨ ਬਣਾਉਂਦਾ ਹੈਗਾ, ਭਾਰ ਘਟਾਉਂਦਾ ਹੈਗਾ, ਇਹ ਯਾਨੀ ਕਿ ਸਰੀਰ ਨੂੰ ਤੰਦਰੁਸਤ ਕਰਦਾ ਹੈ। ਬਣਾਉਣ ਦਾ ਤਰੀਕਾ ਕੀ ਹੈ? ਬਣਾਉਣ ਦਾ ਤਰੀਕਾ ਇਹ ਹੈ ਕਿ ਇੱਕ ਇਹਦੇ ਵਾਸਤੇ ਇੱਕ ਵਧੀਆ ਮਿੱਟੀ ਹੋਣੀ ਚਾਹੀਦੀ ਹੈਗੀ ਅਤੇ ਵਧੀਆ ਬੀਜ ਹੋਣਾ ਚਾਹੀਦਾ ਹੈਗਾ ਅਤੇ ਮਿੱਟੀ ਜਿਹੜੀ ਹੈਗੀ ਆ, ਜਿਵੇਂ ਇਸ ਤਰ੍ਹਾਂ ਦੀਆਂ ਟਰੇਆਂ ਤੁਸੀਂ ਦੇਖੀਆਂ ਹੋਣਗੀਆਂ, ਟਰੇਆਂ ਦੇ ਵਿੱਚ 1.5 ਇੰਚ ਮਿੱਟੀ ਪਾ ਲੈਣੀ ਹੈਗੀ ਆ। ਮਿੱਟੀ ਹਲਕੀ ਸਲਾਬੀ ਜਿਹੀ ਪਾਉਣੀ ਆ ਗਿੱਲੀ ਕਰਕੇ, ਤਾਂ ਕਿ ਜਦੋਂ ਉੱਤੇ ਆਪਾਂ ਜਿਹੜੇ ਬੀਜ ਪਾ ਕੇ ਪਾਣੀ ਹਲਕਾ ਜਿਹਾ ਲਾਉਣਾ, ਬੀਜ ਗਲ ਨਾ ਜਾਵੇ ਅਤੇ ਥੱਲੇ ਉਹਨੂੰ ਨਮੀ ਮਿਲਦੀ ਰਹੂ। ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਦੇ ਮਰੀਜ਼ ਸਾਡੇ ਕੋਲ ਹੁਣ ਉੱਥੇ ਆ ਰਹੇ ਹੈਗੇ ਪਿੰਡ ਦੁੱਧ ਵਿੱਚ ਮੋਗੇ ਜ਼ਿਲ੍ਹੇ ਵਿੱਚ, ਅਤੇ ਸ਼ੂਗਰ ਵਾਲੇ ਸਾਡੇ ਕੋਲ 100 ਤੋਂ ਵੱਧ ਮਰੀਜ਼ ਹੋਣਗੇ, ਜਿਹੜੇ ਆਪਣੇ ਵਿਊਜ਼ ਵੀ ਦੇ ਸਕਦੇ ਵੀ ਸਾਨੂੰ ਕੋਈ 8 ਗੋਲੀਆਂ ਲੈ ਰਿਹਾ ਸੀ, ਕੋਈ 9 ਲੈ ਰਿਹਾ ਸੀਗਾ, ਅੱਜ ਕੋਈ 1 ਲੈ ਰਿਹਾ, ਕਿਸੇ ਨੇ ਬਿਲਕੁਲ ਵੀ ਛੱਡ ਦਿੱਤੀ। ਮਕਸਦ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਜੋ ਹੈ ਮਨੁੱਖਤਾ ਦੀ ਸੇਵਾ, ਉਹਨਾਂ ਨੇ ਲੰਗਰ ਲੋੜਵੰਦਾਂ ਲਈ ਜ਼ਰੂਰ ਚਲਾਇਆ ਸੀਗਾ ਕਿ ਤਾਂ ਕਿ ਭੁੱਖਾ ਰੋਟੀ ਖਾ ਸਕੇ, ਠੀਕ ਹੈ ਜੀ। ਔਰ ਉਹਨਾਂ ਨੇ ਕਿਹਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਮਤਲਬ ਆਪਣਾ ਕੰਮ ਜ਼ਰੂਰ ਕਰੋ ਔਰ ਪਰਮਾਤਮਾ ਦਾ ਧੰਨਵਾਦ ਕਰੋ ਔਰ ਆਪਣੇ ਕੋਲ ਜੇ ਵਾਧੂ ਹੈ ਲੋੜਵੰਦਾਂ ਨਾਲ ਸਾਂਝਾ ਕਰਕੇ ਉਸਨੂੰ। ਸਾਡੀਆਂ ਡਿਊਟੀਆਂ ਲੱਗੀਆਂ ਸੀਗੀਆਂ ਅਤੇ ਅਸੀਂ 1 ਤਰੀਕ 'ਤੇ ਆਏ ਹੋਏ ਹਾਂ, ਉਸ ਦੇ ਦਿਨ 'ਤੇ ਪੀ ਰਹੇ ਨੇ, ਕਾਫੀ ਫਾਇਦਾ ਮਹਿਸੂਸ ਲੱਗਦਾ ਸਰੀਰ ਨੂੰ। ਠੀਕ ਹੈ, ਉਹਦਾ ਕਰਕੇ ਅੱਜ ਬਾਰਿਸ਼ ਹੋਈ ਸੀਗੀ ਅਤੇ ਲੇਟ ਹੋ ਗਏ। ਪ੍ਰੋਫੈਸ਼ਨ ਕੀ ਤੁਹਾਡਾ? ਆਪਣਾ ਹੈਲਥ ਡਿਪਾਰਟਮੈਂਟ ਦਾ। ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈਗਾ ਆ, ਮੇਰੀ ਆਪਣੀ ਸੋਚਣੀ ਇਹ ਹੈਗੀ ਆ ਕਿ ਪੀਜ਼ਾ ਬਰਗਰ ਖਾਣ ਨਾਲ ਅੱਜ ਕੱਲ੍ਹ ਬੱਚਿਆਂ 'ਚ ਕਾਫੀ ਤਰ੍ਹਾਂ ਤਰ੍ਹਾਂ ਦੀਆਂ ਛੋਟੇ ਛੋਟੀਆਂ ਬਿਮਾਰੀਆਂ ਜਿਹੜੀ ਲੱਗਣੀ ਸ਼ੁਰੂ ਹੋ ਗਈਆਂ। ਸਭ ਤੋਂ ਵੱਡੀ ਬਿਮਾਰੀ ਤਾਂ ਫੈਟ ਦੀ ਆ, ਬੱਚੇ ਸਾਡੇ ਫੈਟ ਨਾਲ ਫੈਲੀ ਜਾਂਦੇ ਪਏ ਆ ਅਤੇ ਮਾਈਂਡ ਉਹਨਾਂ ਦਾ ਦਿਮਾਗ ਜਿਹੜਾ ਘੱਟ ਚੱਲਦਾ ਆ ਬੱਚਿਆਂ ਦਾ, ਜੋ ਮੈਨੂੰ ਸੋਚਣ 'ਚ ਆਇਆ। ਅਤੇ ਜਦ ਮੈਂ ਇਹ ਚੀਜ਼ ਦੇਖੀ ਇੱਥੇ ਆ ਕੇ ਸਾਰਾ ਸਰਵੇ ਕੀਤਾ ਅਤੇ ਮੈਂ ਨੈੱਟ 'ਤੇ ਵੀ ਸਰਚ ਕਾਫੀ ਕੀਤਾ ਅਤੇ ਡਾਕਟਰਸ ਨਾਲ ਵੀ ਸਲਾਹ ਕੀਤੀ, ਅਤੇ ਜਿਹੜਾ ਵੀਟ ਗ੍ਰਾਸ ਜੂਸ ਆ ਇਹ ਤਾਂ ਅੰਮ੍ਰਿਤ ਆ। ਜਿਹੜੇ ਬੰਦੇ ਕੈਂਸਰ ਨਾਲ ਲੜਦੇ ਪਏ ਆ, ਕੈਂਸਰਾਂ ਦੀ ਬਿਮਾਰੀ ਲੱਗੀ ਪਈ ਆ, ਉਹ ਪਹਿਲਾਂ ਜੇ ਇਹਨੂੰ ਯੂਜ਼ ਕਰਦੇ ਹੁੰਦੇ ਜਦੋਂ ਕੈਂਸਰ ਉਹਨਾਂ ਦੇ ਸ਼ੁਰੂ ਹੋਇਆ ਸੀਗਾ, ਕੀ ਪਤਾ ਉਸਲੀ ਖਤਮ ਹੋ ਜਾਂਦਾ। ਅਤੇ ਇਸ ਕਰਕੇ ਇਹਦੇ ਨਾਲ ਮੈਂ ਭਾਅ ਜੀ ਨੇ ਮੈਨੂੰ ਦੱਸਿਆ, ਬੜਾ ਬਰੀਫ ਕੀਤਾ ਕਿ ਇਹਦੇ ਨਾਲ ਸਾਡਾ ਮੋਟਾਪਾ ਵੀ ਘੱਟਦਾ, ਸ਼ੂਗਰ ਵੀ ਕੰਟਰੋਲ ਹੁੰਦੀ ਆ, ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਆ। ਤੁਸੀਂ ਯੂਜ਼ ਕੀਤਾ ਇਹਨੂੰ, ਕਿੰਨੇ ਦਿਨ ਤੋਂ ਯੂਜ਼ ਕੀਤਾ ਅਤੇ ਕੀ? ਮੈਂ ਮੇਰੀ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਡਿਊਟੀ ਲੱਗੀ ਹੈਗੀ ਆ, ਮੈਂ ਹੁਸ਼ਿਆਰਪੁਰ ਤੋਂ ਆਇਆ, SDO PWD 'ਚ ਲੱਗਾ ਹੋਇਆ ਹੁਸ਼ਿਆਰਪੁਰ ਮੈਂ, ਅਤੇ ਬਹੁਤ ਕਿਰਪਾ ਹੋਈ ਬਾਬਾ ਜੀ ਦੇ, ਮੈਂ ਇੱਥੇ ਆਇਆ ਅਤੇ ਇੱਥੇ ਮੈਂ ਰੋਜ਼ਾਨਾ ਲੈ ਰਿਹਾ ਜੀ, ਰੋਜ਼ਾਨਾ ਪੀ ਰਿਹਾ ਅਤੇ ਮੇਰੇ 'ਚ એનર્ਜੀ ਮੈਨੂੰ ਫੀਲ ਹੋ ਰਹੀ ਆ, ਮੇਰੇ 'ਚ એનર્ਜੀ ਫੀਲ ਹੋ ਰਹੀ ਆ। ਮੈਨੂੰ ਪਹਿਲਾਂ ਮੈਂ ਥੱਕ ਜਾਂਦਾ ਸੀਗਾ ਘੁੰਮਦਾ, ਅਤੇ ਹੁਣ ਮੈਨੂੰ ਜ਼ਿਆਦਾ ਥਕਾਵਟ ਮਹਿਸੂਸ ਨਹੀਂ ਹੋ ਰਹੀ ਜਿਸ ਦਿਨ ਦਾ ਮੈਨੂੰ ਲੈ ਰਿਹਾ ਹੈਗਾ ਆ। ਅਤੇ ਬਾਕੀ ਤਾਂ ਹੁਣ ਯੂਜ਼ ਕਰਕੇ ਹੀ, ਬਾਕੀ ਅੱਗੇ ਜ਼ਿਆਦਾ ਯੂਜ਼ ਕਰੂੰਗੇ, 1-2 ਮਹੀਨੇ ਬਾਅਦ ਕੀ ਫਰਕ ਪੈਂਦਾ ਫਿਰ ਹੀ ਪਤਾ ਲੱਗ ਸਕਦਾ ਉਹਦਾ ਜ਼ਿਆਦਾ। ਸੁਲਤਾਨਪੁਰ ਲੋਧੀ 'ਚ ਚੱਲ ਰਹੇ ਇਸ ਰੋਗ ਨਿਵਾਰਕ ਵਿਸ਼ੇਸ਼ ਲੰਗਰ ਦੀ ਕਾਫੀ ਚਰਚਾ ਹੋ ਰਹੀ ਹੈ। ਸੁਲਤਾਨਪੁਰ ਲੋਧੀ ਤੋਂ ਮੀਨੂ ਓਬਰੋਏ, ਜਗਬਾਣੀ TV।